ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਮੈਂ ਤੁਹਾਡੇ ਨਾਲ ਮੈਂ ਪ੍ਰਤਿੰਦਰ ਸ਼ਰਮਾ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪੰਨੂ ਸਾਹਿਬ ਪਹਿਲਾ ਸਵਾਲ ਪਹਿਲੇ ਪਨਾਮਾ ਪੇਪਰ ਮਾਮਲਾ ਆਇਆ ਅਤੇ ਹੁਣ ਪੈਰਾਡਾਈਜ਼ ਪੇਪਰ ਦਾ ਜਿਹੜਾ ਰੌਲਾ ਪੈ ਚੁੱਕਾ ਹੈ ਸੁਣਿਆ ਕਿ ਕਈ ਭਾਰਤੀਆਂ ਦੇ ਨਾਮ ਵੀ ਇਸ ਵਿੱਚ ਸ਼ਾਮਿਲ ਹੋਏ ਨੇ ਭਾਰਤ ਸਰਕਾਰ ਇਸ ਮਾਮਲੇ 'ਤੇ ਕੀ ਕੁਝ ਕਰ ਰਹੀ ਹੈ ਇਸ ਮਾਮਲੇ ਦੀ ਅਸਲੀ ਕਹਾਣੀ ਕੀ ਹੈ ਦੇਖੋ ਪਹਿਲਾਂ ਇੱਥੇ ਅਸੀਂ 40-50 ਸਾਲ ਇਹੋ ਸੁਣਦੇ ਰਹੇ ਕਿ ਭਾਰਤ ਦਾ ਕਾਲਾ ਧਨ ਸਵਿਸ ਬੈਂਕਾਂ 'ਚ ਪਿਆ ਹਾਂਜੀ ਲੋਕ ਸਵਿਸ ਬੈਂਕ ਹੀ ਵੇਖਦੇ ਰਹੇ ਸਵਿਸ ਬੈਂਕ ਹੀ ਵੇਖਦੇ ਰਹੇ ਜਿਹੜੇ ਕੋਈ ਕਹਿੰਦਾ ਅਸੀਂ ਸਵਿਸ ਬੈਂਕਾਂ 'ਚੋਂ ਪੈਸਾ ਵਾਪਸ ਲਿਆਵਾਂਗੇ ਨਰਿੰਦਰ ਮੋਦੀ ਸਾਹਿਬ ਨੇ ਆਖਿਆ ਮੈਂ ਸਵਿਸ ਬੈਂਕਾਂ 'ਚੋਂ ਪੈਸਾ ਲਿਆ ਕੇ ਲੋਕਾਂ 'ਚ ਹੀ ਵੰਡ ਦੂੰਗਾ 3-3 ਲੱਖ ਰੁਪਇਆ ਪਰ ਹੈਡ ਜਿਨ੍ਹਾਂ ਦੇ ਘਰ ਦੇ 5 ਜੀ 15 ਲੱਖ ਉਹਨਾਂ ਦੇ ਖਾਤੇ ਜਮ੍ਹਾਂ ਕਰਾ ਦੂੰ ਮਗਰੋਂ ਆਖਿਆ ਚੋਣ ਜੁਮਲਾ ਸੀ ਸੱਚਾਈ ਤੋਂ ਨਾ ਕਾਂਗਰਸੀਆਂ ਨੇ ਨਾ ਭਾਜਪਾਈਆਂ ਨੇ ਨਾ ਕਿਸੇ ਹੋਰ ਪਾਰਟੀ ਨੇ ਪਰਦਾ ਹੀ ਨਹੀਂ ਚੁੱਕਿਆ ਸੱਚਾਈ ਲੁਕੀ ਰਹੇ ਇਹਨਾਂ ਸਾਰਿਆਂ ਨੂੰ ਪਤਾ ਸੀ ਕਿ ਅਸਲ ਵਿੱਚ ਕੁਛ ਹੋਰ ਥਾਵਾਂ ਹੈਗੀਆਂ ਜਿੱਥੇ ਕੰਮ ਚੱਲਦਾ ਪ੍ਰਸ਼ਾਂਤ ਭੂਸ਼ਣ ਸੁਪਰੀਮ ਕੋਰਟ ਦਾ ਸੀਨੀਅਰ ਵਕੀਲ ਹੈ ਜੀ ਉਹ ਅੱਜ ਤੋਂ 7-8 ਸਾਲ ਪਹਿਲਾਂ ਜਲੰਧਰ ਆਇਆ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਉਹਨੇ ਸਿਰਫ ਭਾਰਤ ਦੀ ਇਕਾਨਮੀ ਦੇ ਉੱਤੇ ਇੱਕ ਲੈਕਚਰ ਦਿੱਤਾ ਉਹਦੇ ਵਿੱਚ ਉਹਨੇ ਸਾਫ ਆਖਿਆ ਕਿ ਭਾਰਤ ਦੇ ਆਂਢ ਗੁਆਂਢ ਕਈ ਅੱਡੇ ਹੈ ਜਿਨ੍ਹਾਂ ਵਿੱਚ ਡੰਮੀ ਕੰਪਨੀਆਂ ਬਣਾਈਆਂ ਉਹ ਕੰਪਨੀਆਂ ਕਾਰੋਬਾਰ ਕਰਦੀਆਂ ਨੇ ਕਾਰੋਬਾਰ ਭਾਰਤ ਵਿੱਚ ਹੁੰਦਾ ਅਤੇ ਭਾਰਤ ਦੀ ਸਰਕਾਰ ਨੂੰ ਨਾ ਟੈਕਸ ਦਿੱਤਾ ਜਾਂਦਾ ਨਾ ਜ਼ਮੀਨ 'ਚੋਂ ਮਾਈਨਿੰਗ ਕਰਕੇ ਕੱਢੇ ਲੋਹਾ ਅਤੇ ਹੋਰ ਜਿੰਨੇ ਮਿਨਰਲਸ ਨੇ ਉਹਨਾਂ ਦੀ ਰਾਇਲਟੀ ਦਿੱਤੀ ਜਾਂਦੀ ਹੈ ਜੀ ਕਹਿੰਦੇ ਜੀ ਉਹ ਤਾਂ ਸਾਡੀ ਕੰਪਨੀ ਮਾਰੀਸ਼ਸ ਦੀ ਆ ਫਲਾਣੇ ਥਾਂ ਦੀ ਆਫਸ਼ੋਰ ਕੰਪਨੀਆਂ ਆਫਸ਼ੋਰ ਦਾ ਮਤਲਬ ਕਿ ਸਾਡੇ ਸਮੁੰਦਰੀ ਕੰਢਿਆਂ ਤੋਂ ਪਰੇ ਪਰੇ ਦੀਆਂ ਜੀ ਉਹ ਕੰਪਨੀਆਂ ਦੇ ਵਿੱਚ ਜਾ ਕੇ ਲੋਕ ਪੈਸੇ ਲਾਉਂਦੇ ਆ ਉਹ ਕੰਪਨੀਆਂ ਕਾਗਜ਼ੀ ਪੱਤਰੀ ਮੁਨਾਫਾ ਦੇ ਜਾਂਦੀਆਂ ਨੇ ਅਤੇ ਮਨੀ ਲਾਂਡਰਿੰਗ ਕਿੱਦਾਂ ਹੁੰਦੀ ਜਿਹੜੀ ਗੱਲ 7-8 ਸਾਲ ਤੋਂ ਉਹ ਕਹਿੰਦਾ ਪਿਆ ਸੀ ਅਤੇ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਉਹਨਾਂ ਨੇ ਵੀ ਨਹੀਂ ਚੁੱਕੀ ਅਤੇ ਵਿਰੋਧੀ ਧਿਰ 'ਚ ਬੈਠੀ ਭਾਰਤੀ ਜਨਤਾ ਪਾਰਟੀ ਵੀ ਨਹੀਂ ਚੁੱਕੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਕਾਂਗਰਸੀਆਂ ਫਿਰ ਨਹੀਂ ਚੁੱਕੀ ਅਤੇ ਇਹਨਾਂ ਵੀ ਨਹੀਂ ਚੁੱਕੀ ਇਹ ਸਰਕਾਰ 'ਚ ਆ ਗਏ ਸੀ ਇਹਨਾਂ ਨੂੰ ਦੱਸਣਾ ਚਾਹੀਦਾ ਸੀ ਅਚਾਨਕ ਪਨਾਮਾ ਪੇਪਰ ਸਾਹਮਣੇ ਆ ਗਏ ਪਨਾਮਾ ਦੀ ਇੱਕ ਫਰਮ ਦਾ ਪਤਾ ਲੱਗਾ ਕਿ ਉਹਦੇ ਵਿੱਚ ਦੁਨੀਆ ਭਰ ਦੇ ਚੋਰ ਆਪਣੀ ਬਲੈਕ ਮਨੀ ਜਾ ਕੇ ਲੁਕਾਉਂਦੇ ਆ ਲੁਕਾ ਕੇ ਉੱਥੇ ਆਖਿਆ ਜਾਂਦਾ ਕਿ ਕਾਰੋਬਾਰ ਕਰਦੀ ਹੈ ਫਰਮ 25 ਲੱਖ ਲਾਇਆ ਜਾਂਦਾ ਅਤੇ ਕਹਿੰਦੇ ਜੀ ਸਾਲ ਪਿੱਛੋਂ ਤੋਂ 25 ਕਰੋੜ ਦੀ ਕਮਾਈ ਹੋ ਗਈ ਜੀ 25 ਲੱਖ ਲਾ ਕੇ 25 ਕਰੋੜ ਦੀ ਕਮਾਈ ਪਤਾ ਨਹੀਂ ਕਿੱਦਾਂ ਹੋਈ ਕਹਿੰਦੇ ਸ਼ਿਪਿੰਗ ਕਰਦੀ ਹੈ ਅਤੇ ਸ਼ਿਪ ਉਹਦੇ ਕੋਲ ਹੈ ਨਹੀਂ ਬਗੈਰ ਸ਼ਿਪ ਤੋਂ ਸ਼ਿਪਿੰਗ ਹੋਈ ਜਾਂਦੀ ਸੀ ਔਰ ਉਸ ਕੰਪਨੀ ਕੋਲ ਕੋਈ ਇਹੋ ਜਿਹਾ ਕਾਰੋਬਾਰ ਹੀ ਨਹੀਂ ਸੀ ਉਸ ਪਨਾਮਾ ਦੇ ਚੱਕਰ ਵਿੱਚ ਆਈਸਲੈਂਡ ਛੋਟਾ ਜਿਹਾ ਦੇਸ਼ ਹੈ ਜਿੱਥੇ ਬਰਫ਼ ਪੈ ਜਾਂਦੀ ਆ ਜੀ ਉਹਦੇ ਰਾਸ਼ਟਰਪਤੀ ਨੂੰ ਅਸਤੀਫਾ ਦੇਣਾ ਪੈ ਗਿਆ ਕਈ ਹੋਰਨਾਂ ਨੂੰ ਦੇਣਾ ਪੈ ਗਿਆ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਆਇਆ ਨਾਂ ਉਹ ਕਹਿੰਦਾ ਮੈਂ ਨਹੀਂ ਉੱਥੇ ਗਿਆ ਗਿਆ ਮੇਰਾ ਉਸ ਕੰਪਨੀ ਨਾਲ ਸੰਬੰਧ ਕੋਈ ਨਹੀਂ ਕਿਸੇ ਹੋਰ ਨੇ ਮੇਰੇ ਨਾਂ 'ਤੇ ਕਾਰੋਬਾਰ ਕੀਤਾ ਉਹ ਮੈਂ ਨਹੀਂ ਦਿੰਦਾ ਅਸਤੀਫਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਫਸ ਗਿਆ ਉਹਦੇ ਦੋਵੇਂ ਪੁੱਤਰ ਫਸ ਗਏ ਧੀ ਫਸ ਗਈ ਜਵਾਈ ਫਸ ਗਿਆ ਪਨਾਮਾ ਪੇਪਰਸ ਦੇ ਵਿੱਚ ਇੰਨਾ ਰੌਲਾ ਪਿਆ ਭਾਰਤ ਵਿੱਚ ਪਿਆ ਹੀ ਨਹੀਂ ਜੀ ਭਾਰਤ ਵਿੱਚ ਸਭ ਤੋਂ ਵੱਡਾ ਫਿਲਮਾਂ ਦਾ ਸਟਾਰ ਅਮਿਤਾਭ ਬੱਚਨ ਅਤੇ ਉਹਦੀ ਨੂੰਹ ਐਸ਼ਵਰਿਆ ਰਾਏ ਦਾ ਨਾਂ ਆਏ ਇਹਨੂੰ ਮਹਾਨਾਇਕ ਆਖੀ ਜਾਂਦੇ ਸਦੀ ਦਾ ਮਹਾਨਾਇਕ ਸਦੀ ਦੇ ਮਹਾਨਾਇਕ ਭਗਤ ਸੋਹਰੀ ਨਾ ਹੋਏ ਸੁਭਾਸ਼ ਚੰਦਰ ਬੋਸ ਨਾ ਹੋਏ ਸਦੀ ਦਾ ਮਹਾਨਾਇਕ ਅਮਿਤਾਭ ਬੱਚਨ ਹੋ ਗਿਆ ਜਿਹਦੇ ਉੱਤੇ ਟੈਕਸ ਚੋਰੀ ਦੇ ਦੋਸ਼ ਲੱਗਦੇ ਪਏ ਨੇ ਉਹਦੇ ਬਾਰੇ 'ਚ ਕਦੇ ਕਿਸੇ ਨੇ ਪੜਤਾਲ ਹੀ ਨਹੀਂ ਕੀਤੀ ਕਿ ਅਮਿਤਾਭ ਬੱਚਨ ਨੇ ਕਿੰਨੀ ਟੈਕਸ ਚੋਰੀ ਕੀਤੀ ਪਨਾਮਾ ਪੇਪਰ 'ਚ ਤਾਂ ਨਾਂ ਆਉਂਦਾ ਸੀ ਤਾਂ ਕੀ ਆ ਫਿਰ ਲੋਕ ਪਨਾਮਾ ਪਨਾਮਾ ਕਰੀ ਗਏ ਪਹਿਲਾਂ ਸਵਿਸ ਹੁੰਦੀ ਸੀ ਫਿਰ ਪਨਾਮਾ ਪਨਾਮਾ ਹੋ ਗਏ ਜੀ ਆ ਜੂਨ ਦੇ ਵਿੱਚ ਇੱਕ ਖਬਰ ਆਈ ਇਹ ਦੱਸਿਆ ਗਿਆ ਕਿ ਹੁਣ ਨਾ ਪਨਾਮਾ ਜਾਣ ਦੀ ਲੋੜ ਹੈ ਨਾ ਸਵਿਟਰਲੈਂਡ ਜਾਣ ਦੀ ਲੋੜ ਆ ਹੁਣ ਸਾਡੇ ਆਪਣੇ ਘਰ ਦੇ ਆਂਢ ਗੁਆਂਢ ਬਹੁਤ ਸਾਰੀਆਂ ਹੱਟੀਆਂ ਖੁੱਲ੍ਹ ਗਈਆਂ ਜਿੱਥੇ ਇਹੋ ਜਿਹੇ ਕਾਗਜ਼ ਤਿਆਰ ਕੀਤੇ ਜਾਂਦੇ ਉਹ ਹੱਟੀਆਂ ਕਿਹੜੀਆਂ ਜੀ ਮਾਰੀਸ਼ਸ ਸਿੰਗਾਪੁਰ ਇਹਦੇ ਨਾਲ ਹੀ ਆ ਗਿਆ ਹਾਂਗਕਾਂਗ ਜਦੋਂ ਦਾ ਹਾਂਗਕਾਂਗ ਚੀਨ ਦੇ ਕੰਟਰੋਲ 'ਚ ਆਇਆ ਸੀ ਸਮਝਦੇ ਸੀ ਕੋਈ ਹਾਲਾਤ ਸੁਧਰ ਗਏ ਹੋਣਗੇ ਅਜੇ ਤੱਕ ਹਾਂਗਕਾਂਗ ਨੂੰ ਇਸ ਤਰ੍ਹਾਂ ਦੀ ਹੇਰਾਫੇਰੀ ਦਾ ਅੱਡਾ ਚੋਰਾਂ ਨੇ ਬਣਾਇਆ ਅਤੇ ਚੀਨ ਦੀ ਸਰਕਾਰ ਨੂੰ ਪਤਾ ਕਿ ਬਣਿਆ ਉਹ ਕਹਿੰਦੇ ਠੀਕ ਆ ਸਾਨੂੰ ਤਾਂ ਕੁਛ ਮਿਲਦਾ ਹੀ ਪਿਆ ਨਾ ਉਹ 'ਚ ਜੀ ਹੁਣ ਨਵੀਂ ਖਬਰ ਇਹ ਆਈ ਹੈ ਕਿ ਦੁਨੀਆ ਭਰ ਦੇ ਵਿੱਚ
ਇਹੋ ਜਿਹੇ ਕਈ ਅੱਡੇ ਆ ਅਤੇ ਉਹਨਾਂ ਦਾ ਤਾਲਮੇਲ ਆ ਪੈਰਾਡਾਈਜ਼ ਦੇ ਰਾਹੀਂ। ਪੈਰਾਡਾਈਜ਼ ਕੰਪਨੀ ਦੇ ਨਾਲ ਜਿਹੜਾ ਤਾਲਮੇਲ ਆ, ਇਹ ਜਿੰਨੇ ਅੱਡੇ ਨੇ, ਅਮਰੀਕਾ ਦੇ ਲਾਗੇ ਹਵਾਈ 'ਚ ਅੱਡਾ, ਸੇਂਟ ਕਿਟਸ ਵਿੱਚ ਅੱਡਾ, ਬਰਮੂਡਾ ਦੇ ਵਿੱਚ ਅੱਡਾ, ਆ ਸਾਡੇ ਗੁਆਂਢ ਮਦਾਸੀ ਉੱਤੇ ਤਿੰਨ ਚਾਰ ਨੇ, ਮਾਰੀਸ਼ਸ ਦੇ ਵਿੱਚ ਆ, ਸਿੰਗਾਪੁਰ 'ਚ ਆ, ਹਾਂਗਕਾਂਗ 'ਚ ਆ। ਇਹਨਾਂ ਸਾਰੇ ਅੱਡਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਲੋਕਾਂ ਦਾ ਪੈਸਾ ਆ। ਭਾਰਤ ਦੇ ਵਿੱਚੋਂ ਵੀ ਕਈਆਂ ਦੇ ਨਾਂ ਆਉਂਦੇ ਆ, ਜਿਹੜਾ ਆ ਫੋਰਟਿਸ ਸਕਾਟ ਹਸਪਤਾਲ ਜਿਹੜੇ ਇੰਨੇ ਬਣੇ ਹੋਏ ਨੇ ਅਤੇ ਜਿਨ੍ਹਾਂ ਦੀ ਹਰ ਪਾਸੇ ਚਰਚਾ ਧੁੰਮ ਪਈ ਆ ਕਿ ਬਹੁਤ ਕਮਾਲ ਦੇ ਹਸਪਤਾਲ ਨੇ, ਉਹਨਾਂ ਹਸਪਤਾਲਾਂ ਦੇ ਚੇਅਰਮੈਨ ਦਾ ਵੀ ਨਾਂ ਉਹਦੇ 'ਚ ਆਉਂਦਾ ਪਿਆ, ਪਰ ਭਾਰਤ ਵਿੱਚ ਕਿਸੇ ਨੇ ਪੜਤਾਲ ਕਰਾਉਣ ਦੀ ਲੋੜ ਹੀ ਨਹੀਂ ਸਮਝੀ ਜੀ। ਇੱਥੇ ਸਾਡੇ ਜਲੰਧਰ ਦਾ ਕੋਈ ਉੱਪਲ ਹੈ, ਬਹੁਤ ਵੱਡਾ ਰੀਅਲ ਇਸਟੇਟ ਦਾ ਡੀਲਰ, ਉਹਦਾ ਨਾਂ ਆਉਂਦਾ ਪਿਆ। ਉਹਨੂੰ ਪੁੱਛਿਆ ਇੱਕ ਦੋ ਪੱਤਰਕਾਰਾਂ ਨੇ ਕਿ ਭਾਈ ਸਾਹਿਬ ਤੁਹਾਡਾ ਨਾਂ ਨੂੰ ਆਉਂਦਾ, ਉਹ ਕੀ ਕਹਾਣੀ ਆ? ਕਹਿੰਦਾ ਜੀ, ਉਹ ਅਸਲ 'ਚ ਛੋਟਾ ਜਿਹਾ ਦੇਸ਼ ਆ ਡੋਮਿਨਿਕਾ, ਉਹਦੇ ਵਿੱਚ ਇੱਕ ਕੰਪਨੀ ਬਣਾਈ ਸੀ, ਪੈਸਾ ਉਹ 'ਚ ਲਾਇਆ ਸੀ, ਇਹ ਉਹਦਾ ਚੱਕਰ ਆ ਅਤੇ ਉਹ ਕੰਪਨੀ ਮੇਰੀ ਨਹੀਂ, ਮੇਰਾ ਇੱਕ ਰਿਸ਼ਤੇਦਾਰ ਇੰਡੀਆ ਦੀ ਫੋਰਨ ਸਰਵਿਸ ਵਿੱਚ ਆ, IFS ਆ, ਡਿਪਲੋਮੈਟ ਆ ਜੀ। ਉਸ ਡਿਪਲੋਮੈਟ ਨੇ ਉੱਥੇ ਕਾਰੋਬਾਰ ਕਰਨਾ ਸੀ, ਆਪਣੇ ਨਾਂ 'ਤੇ ਉਹ ਕਰ ਨਹੀਂ ਸੀ ਸਕਦਾ, ਮੇਰੇ ਨਾਂ 'ਤੇ ਉਹਨੇ ਕੰਪਨੀ ਖੋਲ੍ਹ ਲਈ ਅਤੇ ਮੁਨਾਫਾ ਪੈਰਾਡਾਈਜ਼ ਦੇ ਰਾਹੀਂ ਆਉਂਦਾ ਰਿਹਾ ਅਤੇ ਉਹ ਸਾਰੇ ਮੁਨਾਫੇ 'ਚ ਮੇਰਾ ਜ਼ਿਕਰ ਇਸ ਕਰਕੇ ਆਉਂਦਾ। ਅਤੇ ਰਿਸ਼ਤੇਦਾਰਾਂ ਨੇ ਆਖਿਆ, ਜੇ ਤੇਰੇ ਨਾਂ ਦੇ ਉੱਤੇ ਕੰਪਨੀ ਇਹੋ ਜਿਹਾ ਚੋਰੀ ਦਾ ਕੰਮ ਕਰਦੀ ਪਈ ਹੈ, ਆਖਿਰਕਾਰ ਤੇਰੇ ਕਾਰਡ, ਤੇਰੀ ਆਈ ਡੀ ਉੱਥੇ ਵਰਤੀ ਗਈ, ਤੂੰ ਕਿੱਦਾਂ ਵਰਤਣ ਦਿੱਤੀ ਜੀ? ਉਦੋਂ ਬਾਅਦ ਉਹ ਜਵਾਬ ਦੇਣੋਂ ਬੰਦ ਕਰ ਗਿਆ। ਅਤੇ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਨੂੰ ਪਤਾ ਕਰਨਾ ਚਾਹੀਦਾ ਕਿ ਇੱਥੇ ਡੋਮਿਨਿਕਾ ਦੇ ਵਿੱਚ ਸਾਡਾ ਡਿਪਲੋਮੈਟ ਕਿਹੜਾ, ਸਾਡਾ IFS ਅਫਸਰ ਕਿਹੜਾ ਜਿਹੜਾ ਉਹ ਕੰਪਨੀ ਚਲਾ ਰਿਹਾ ਸੀ, ਅਤੇ ਜੇ ਕੋਈ ਉਹਦੇ ਵਰਗਾ ਚੋਰ ਹੋਰ ਵੀ ਹੋਵੇ ਤਾਂ ਉਹਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਔਰ ਇਹ ਵੀ ਪਤਾ ਕਰਨਾ ਚਾਹੀਦਾ ਕਿ ਉੱਥੇ ਜਿਹੜੇ ਡਿਪਲੋਮੈਟ ਨੇ ਉਹਨਾਂ ਦੇ ਵਿੱਚੋਂ ਇਸ ਉੱਪਲ ਦਾ ਰਿਸ਼ਤੇਦਾਰ ਕਿਹੜਾ, ਕੋਈ ਨਹੀਂ, ਉਹ ਇਹਦੀ ਕੋਈ ਪੜਤਾਲ ਨਹੀਂ ਹੋ ਰਹੀ। ਜਿਨ੍ਹਾਂ ਜਿਨ੍ਹਾਂ ਦੇ ਨਾਂ ਆਉਂਦੇ ਪਏ ਆ ਉਹ ਭਾਰਤ ਵਿੱਚ ਵੀ ਬਥੇਰੇ ਨੇ, ਬਾਕੀ ਦੁਨੀਆ ਵਿੱਚ ਵੀ ਬਹੁਤ ਨੇ, ਤੁਸੀਂ ਹੋਰਨਾਂ ਨੂੰ ਛੱਡੋ, ਜਿਹੜੀ ਬੀਬੀ 30-40 ਮੁਲਕਾਂ ਦੀ ਮਹਾਰਾਣੀ ਗਣੀ ਜਾਂਦੀ ਹੈ, ਵਿਚਾਰੀ ਉਹ ਵੀ ਆਪਣੀ ਗਰੀਬੀ ਦੂਰ ਕਰਨ ਵਾਸਤੇ ਇਹੋ ਜਿਹੇ ਧੰਦੇ ਦੇ ਵਿੱਚ ਆਪਣੇ ਬੰਦਿਆਂ ਦੇ ਰਾਹੀਂ ਪੈਸਾ ਲਵਾਉਂਦੀ ਰਹੀ ਹੈ ਜੀ। ਉੱਤੋਂ ਪੁੱਛ ਕੇ ਲਾਉਂਦੇ ਸੀ ਬੰਦੇ ਕਿ ਆਪਣੇ ਤੌਰ 'ਤੇ ਕਰਦੇ ਸੀ, ਇਹ ਤਾਂ ਪਤਾ ਨਹੀਂ, ਪਰ ਨਾ ਉਸ ਬੀਬੀ ਦਾ, ਮਹਾਰਾਣੀ ਦਾ ਆਉਂਦਾ ਪਿਆ। ਇਹ ਸਾਰੀ ਦੁਨੀਆ 'ਚ ਇਹੋ ਜਿਹਾ ਮਾਇਆ ਜਾਲ ਹੈ ਜਿਹੜਾ ਵੋਟਾਂ ਵਿੱਚ ਚਰਚਾ ਵਾਸਤੇ ਹੈ ਕਿ ਅਸੀਂ ਕਾਲਾ ਧਨ ਰੋਕ ਲਾਂਗੇ, ਅੱਗੋਂ ਪਿੱਛੋਂ ਵਗਦੀ ਗੰਗਾ 'ਚ ਸਾਰੀਆਂ ਪਾਰਟੀਆਂ ਦੇ ਲੀਡਰ ਆਪਣੇ ਹੱਥ ਧੋਈ ਜਾਂਦੇ ਨੇ, ਗੰਗਾ ਵਗੀ ਜਾਂਦੀ ਹੈ, ਗੰਦ ਨਾਲ ਵਗੀ ਜਾਂਦਾ, ਰੌਲਾ ਜ਼ਰੂਰ ਪਾਈ ਜਾਂਦਾ ਕਿ ਗੰਗਾ ਦੀ ਸਫਾਈ ਕਰਨੀ ਆ, ਆ ਸੱਚੀ ਮੁੱਚੀ ਜਿਹੜੀ ਗੰਗਾ ਨਦੀ ਉਹਦੀ ਸਫਾਈ ਨਹੀਂ ਹੋ ਸਕੀ, ਅਤੇ ਜਿਹੜਾ ਭ੍ਰਿਸ਼ਟਾਚਾਰ ਦਾ ਗੰਦਾ ਵਹਿਣਾ ਦੀ ਸਫਾਈ ਕੌਣ ਕਰ ਲੇਗਾ, ਇਹ ਜਿੱਦਾਂ ਵਗਦਾ ਆਇਆ ਵਗਦਾ ਜਾਣਾ ਜੀ। ਪਨੂ ਸਾਹਿਬ, ਅਗਲੇ ਸਵਾਲ ਤੋਂ ਪਹਿਲਾਂ ਅਸੀਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਦੇਖ ਸਕਦੇ ਹੋ। ਰੀਅਲ ਟੀਵੀ ਚੈਨਲ ਨੰਬਰ 160 ਐਂਡ 361, ਲਾਈਵ ਟੀਵੀ ਚੈਨਲ ਨੰਬਰ 225, ਕਰੂਜ਼ ਟੀਵੀ ਚੈਨਲ ਨੰਬਰ 111, ਸ਼ਾਵਾ ਟੀਵੀ ਚੈਨਲ ਨੰਬਰ 399। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ। ਤੇ ਸਭ ਤੋਂ ਜ਼ਰੂਰੀ, ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਮਨੂ ਸਾਹਿਬ, ਪਾਕਿਸਤਾਨ ਦੇ ਦੋ ਸਾਬਕਾ ਡਿਪਲੋਮੈਟਾਂ ਨੇ ਇਹ ਗੱਲ ਕਹੀ ਹੈ ਕਿ ਮੁੰਬਈ ਦੇ ਵਿੱਚ ਜਿਹੜਾ ਅੱਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਪਾਕਿਸਤਾਨ ਦਾ ਅਕਸ ਖਰਾਬ ਹੋਇਆ, ਜਿਸ ਤੋਂ ਬਾਅਦ ਉਹ ਠੀਕ ਹੀ ਨਹੀਂ ਹੋ ਪਾਇਆ, ਤੁਸੀਂ ਇਸ ਗੱਲ ਬਾਰੇ ਕੀ ਕਹੋਗੇ? ਬਹੁਤ ਦੇਰ ਬਾਅਦ ਸੱਚ ਮੂੰਹੋਂ ਨਿਕਲਿਆ। ਜਿਹੜੇ ਮਿਸਟਰ ਰਿਆਜ਼ ਮੁਹੰਮਦ ਨੇ ਗੱਲ ਆਖੀ, ਰਿਆਜ਼ ਮੁਹੰਮਦ ਖਾਨ ਨੇ, ਉਹ ਪਾਕਿਸਤਾਨ ਦੇ ਵਿਦੇਸ਼ ਮਹਿਕਮੇ ਦਾ ਸੈਕਟਰੀ ਇੰਚਾਰਜ ਰਹਿ ਚੁੱਕਾ ਜੀ। ਹੁਣ ਉਹਨੇ ਜਾ ਕੇ ਅਮਰੀਕਾ ਦੇ ਵਿੱਚ ਵਾਸ਼ਿੰਗਟਨ 'ਚ ਇੱਕ ਸਮਾਗਮ ਵਿੱਚ ਬੋਲਦਿਆਂ ਆਖਿਆ ਕਿ ਜਿਹੜਾ ਮੁੰਬਈ 'ਚ ਦਹਿਸ਼ਤਗਰਦ ਹਮਲਾ ਹੋਇਆ, ਉਸ ਹਮਲੇ ਦੇ ਨਾਲ ਪਾਕਿਸਤਾਨ ਦੀ ਦਿੱਖ ਖਰਾਬ ਹੋਈ, ਸਾਡਾ ਅਕਸ ਖਰਾਬ ਹੋਇਆ, ਅਸੀਂ ਕਿਤੇ ਨੱਕ ਦੇਣ ਜੋਗੇ ਨਹੀਂ ਰਹਿ ਗਏ। ਇੰਨੇ ਚਿਰ ਬਾਅਦ ਜ਼ਬਾਨ ਕਿਉਂ ਖੋਲ੍ਹੀ? ਉਸ ਬੰਦੇ ਨੂੰ ਪਹਿਲਾਂ ਸੱਚ ਬੋਲਣਾ ਚਾਹੀਦਾ ਸੀ। ਜਨਰਲ ਮੁਸ਼ਰਫ ਜਿੰਨਾ ਚਿਰ ਤੱਕ ਰਾਜ ਕਰਦਾ ਰਿਹਾ, ਇਹੋ ਗੱਲ ਕਹਿੰਦਾ ਰਿਹਾ ਕਿ ਭਾਰਤ ਸਾਡੇ 'ਤੇ ਗਲਤ ਦੋਸ਼ ਲਾਉਂਦਾ, ਕਾਰਗਿਲ ਦੀ ਜੰਗ ਵਿੱਚ ਅਸੀਂ ਸ਼ਾਮਲ ਨਹੀਂ ਸੀ, ਸਾਡਾ ਕਿਸੇ ਦਹਿਸ਼ਤਗਰਦੀ ਨਾਲ ਕੋਈ ਸੰਬੰਧ ਨਹੀਂ। ਅਤੇ ਜਦੋਂ ਗੱਦੀ ਤੋਂ ਲੱਥ ਗਿਆ
ਤੇ ਉਹਨੇ ਟੀਵੀ ਇੰਟਰਵਿਊ 'ਚ ਆਖਿਆ, ਮੈਂ ਕਾਰਗਿਲ ਦੀ ਜੰਗ ਲਾਈ ਸੀ, ਬੰਗਲਾਦੇਸ਼ ਦਾ ਬਦਲਾ ਲੈਣ ਵਾਸਤੇ ਲਾਈ ਸੀ। ਮੈਂ 14 ਕਿਲੋਮੀਟਰ ਅੱਧੀ ਰਾਤ ਪੈਦਲ ਤੁਰ ਕੇ ਭਾਰਤ ਦੇ ਅੰਦਰ ਗਿਆ ਅਤੇ ਵਾਪਸ ਆਇਆ। ਜਿਹੜੀਆਂ ਪਹਾੜੀਆਂ 'ਤੇ ਕੋਈ ਦਿਨੇ 2 ਕਿਲੋਮੀਟਰ ਨਹੀਂ ਤੁਰ ਸਕਦਾ, ਉੱਚਾ ਨੀਵਾਂ ਥਾਂ ਹੈ, ਉਹ ਰਾਤੋਂ ਰਾਤ 14 ਕਿਲੋਮੀਟਰ ਚਲਾ ਵੀ ਗਿਆ ਅਤੇ ਮੁੜ ਵੀ ਗਿਆ। ਇਹ ਤਾਂ ਉਹਦੀ ਗੱਪ ਹੈ, ਪਰ ਬਾਕੀ ਗੱਲ ਸੱਚੀ ਸੀ ਕਿ ਕਾਰਗਿਲ ਦੀ ਜੰਗ ਦੇ ਉੱਤੇ ਫੌਜੀਆਂ ਨੂੰ ਸਿਵਲ ਕੱਪੜਿਆਂ 'ਚ ਉਸੇ ਚਾੜਿਆ ਸੀ ਜੀ। ਇੱਦਾਂ ਦੇ ਕਈ ਹੋਰ ਲੋਕ ਨੇ। ਇੱਕ ਮਿਸਟਰ ਹਰਕਾਨੀ ਹੁੰਦਾ ਸੀ, ਇਹਨਾਂ ਦਾ ਰਾਜਦੂਤ ਸੀ, ਇਹਨਾਂ ਨੇ ਬਣਾਇਆ ਅਮਰੀਕਾ 'ਚ, ਉੱਥੇ ਬਹਿ ਕੇ ਭਾਰਤ ਦੇ ਖਿਲਾਫ ਲਗਾਤਾਰ ਬੋਲਦਾ ਰਿਹਾ। ਜਦੋਂ ਆਪਣੇ ਦੇਸ਼ ਦੀ ਫੌਜ ਲੱਗੀ ਰਾਜਪਲਟਾ ਕਰਨ, ਅਤੇ ਉਹਨੇ ਅਮਰੀਕਾ ਦੀ ਫੌਜ ਦੇ ਕਮਾਂਡਰ ਨੂੰ ਚਿੱਠੀ ਲਿਖੀ ਕਿ ਮੇਰਾ ਪ੍ਰਧਾਨ ਮੰਤਰੀ ਅਤੇ ਮੇਰਾ ਰਾਸ਼ਟਰਪਤੀ ਕਹਿੰਦੇ ਆ ਕਿ ਸਾਡੀ ਫੌਜ ਰਾਜਪਲਟਾ ਕਰਨ ਲੱਗੀ ਹੈ ਅਤੇ ਤੂੰ ਦਖਲ ਦੇ। ਉਹ ਚਿੱਠੀ ਬਾਹਰ ਆ ਗਈ, ਆਪਣੀ ਫੌਜ ਆਪਣੇ ਦੇਸ਼ ਦੇ ਖਿਲਾਫ ਅਮਰੀਕਾ ਦੀ ਫੌਜ ਨੂੰ ਚਿੱਠੀ ਲਿਖਣਾ ਹੈ ਦੇਸ਼ ਧਰੋਹ ਦਾ। ਫਿਰ ਪਤਾ ਸੀ ਹੁਣ ਮੈਂ ਪਾਕਿਸਤਾਨ ਗਿਆ ਅਤੇ ਮੈਨੂੰ ਜ਼ਮੀਨ ਤੋਂ 6-7 ਫੁੱਟ ਉੱਚਾ ਟੰਗ ਦੇਣਗੇ। ਉਹ ਫਿਰ ਪਾਕਿਸਤਾਨ ਨਹੀਂ ਆਇਆ, ਉਹਨੇ ਅਮਰੀਕਾ 'ਚ ਸਿਆਸੀ ਪਨਾਹ ਲੈ ਲਈ ਅਤੇ ਇੱਕਦਮ ਬੋਲੀ ਬਦਲ ਕੇ ਉਹਨੇ ਕਹਿਣਾ ਸ਼ੁਰੂ ਕਰਤਾ ਕਿ ਪਾਕਿਸਤਾਨ ਦੇ ਵਿੱਚੋਂ ਅੱਤਵਾਦ ਨੂੰ ਸ਼ਹਿ ਦਿੱਤੀ ਜਾਂਦੀ ਹੈ ਜੀ। ਜੇ ਜ਼ਮੀਰ ਬੋਲਦੀ ਸੀ ਤਾਂ ਪਹਿਲਾਂ ਇਹ ਗੱਲ ਕਹਿਣੀ ਚਾਹੀਦੀ ਸੀ, ਪਹਿਲਾਂ ਕਿਉਂ ਨਾ ਕਹੀ। ਬੇਨਜ਼ੀਰ ਭੁੱਟੋ ਜਿੰਨਾ ਚਿਰ ਪ੍ਰਧਾਨ ਮੰਤਰੀ ਰਹੀ, ਉਹਨਾਂ ਚਿਰ ਤੱਕ ਜੰਮੂ ਕਸ਼ਮੀਰ ਦੇ ਸਾਹਮਣੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਕੰਟਰੋਲ ਰੇਖਾ ਦੇ ਲਾਗੇ ਉਚੇਚੀਆਂ ਰੈਲੀਆਂ ਕਰਕੇ ਹਰ ਮਹੀਨੇ ਕਸ਼ਮੀਰ 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 ਕੂਕਦੀ ਹੁੰਦੀ ਸੀ। ਜਦੋਂ ਪ੍ਰਧਾਨ ਮੰਤਰੀ ਨਾ ਰਹੀ, ਉਦੋਂ ਲੱਗ ਪਈ ਸੀ ਕਹਿਣ ਕਿ ਭਾਰਤ ਨਾਲ ਸੰਬੰਧ ਸੁਧਾਰਨੇ ਚਾਹੀਦੇ ਆ, ਜਦ ਤੱਕ ਅਸੀਂ ਸੰਬੰਧ ਸੁਧਾਰਦੇ ਨਹੀਂ ਉਹਨਾਂ ਚਿਰ ਤੱਕ ਪਾਕਿਸਤਾਨ ਤਰੱਕੀ ਨਹੀਂ ਕਰ ਸਕਦਾ। ਅਤੇ ਨਵਾਜ਼ ਸ਼ਰੀਫ ਦੀ ਸਰਕਾਰ ਸੀ, ਇਹਨਾਂ ਨੇ ਆਖਿਆ ਜੀ ਬੇਨਜ਼ੀਰ ਇਸ ਵੇਲੇ ਭਾਰਤ ਦੀ ਏਜੰਟੀ ਕਰ ਰਹੀ ਹੈ। ਮੁੜ ਕੇ ਬੇਨਜ਼ੀਰ ਫਿਰ ਪ੍ਰਧਾਨ ਮੰਤਰੀ ਬਣ ਗਈ, ਉਹ ਭਾਰਤ ਦੇ ਖਿਲਾਫ਼ ਬੋਲਣ ਲੱਗ ਪਈ ਅਤੇ ਨਵਾਜ਼ ਸ਼ਰੀਫ ਕਹਿਣ ਲੱਗ ਪਿਆ ਸਾਡਾ ਤਾਂ ਭਾਰਤ ਨਾਲ ਭਾਈਚਾਰਾ ਦੋਵਾਂ ਦੇ ਸੰਬੰਧ ਸੁਧਾਰਨੇ ਚਾਹੀਦੇ। ਇਹਨਾਂ ਦੇ ਵਿੱਚੋਂ ਹਰ ਕੋਈ ਇਸ ਤਰ੍ਹਾਂ ਬਦਲਦਾ ਰਿਹਾ ਜੀ। ਅਸੀਂ ਬੜੇ ਲੋਕਾਂ ਨੂੰ ਅੱਗੇ ਵੇਖਿਆ ਉਸ ਸਾਰੇ ਦੌਰ ਦੇ ਵਿੱਚ, ਕਿਉਂਕਿ ਅਸੀਂ ਵੇਖਿਆ ਹੋਇਆ। ਹੁਣ ਅਸੀਂ ਇਹ ਰਿਆਜ਼ ਮੁਹੰਮਦ ਖਾਨ ਦਾ ਜਿਹੜਾ ਬਿਆਨ ਆਇਆ ਜਿਹ 'ਚੋਂ ਕਹਿੰਦਾ ਕਿ ਮੁੰਬਈ ਦੇ ਉਸ ਹਮਲੇ ਦੇ ਨਾਲ ਪਾਕਿਸਤਾਨ ਦੀ ਦਿੱਖ ਖਰਾਬ ਹੋਈ ਆ, ਉਹਨੂੰ ਇਹ ਵੀ ਦੱਸ ਦੇਣਾ ਚਾਹੀਦਾ ਕਿ ਦਿੱਖ ਕਿਉਂ ਖਰਾਬ ਹੋਈ। ਡੇਵਿਡ ਕੋਲਮੈਨ ਹੈਡਲੀ ਦਾ ਕਿੱਸਾ ਤਾਂ ਬਾਕੀ ਦੁਨੀਆ ਨੂੰ ਪਤਾ ਲੱਗ ਗਿਆ, ਪਾਕਿਸਤਾਨ ਦੇ ਲੋਕਾਂ ਨੂੰ ਕੌਣ ਦੱਸੇਗਾ ਜੀ। ਉਸ ਬੰਦੇ ਦਾ ਨਾਂ ਡੇਵਿਡ ਕੋਲਮੈਨ ਹੈਡਲੀ ਹੈ ਹੀ ਨਹੀਂ ਸੀ, ਉਹਦਾ ਨਾਂ ਦਾਊਦ ਗਿਲਾਨੀ ਸੀ ਅਤੇ ਉਹਦਾ ਬਾਪ ਮਿਸਟਰ ਗਿਲਾਨੀ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਦਫ਼ਤਰ 'ਚ ਪ੍ਰੋਟੋਕੋਲ ਅਫਸਰ ਸੀ। ਇਹਨੂੰ ਉਚੇਚੇ ਤੌਰ 'ਤੇ ISI ਖੁਫੀਆ ਏਜੰਸੀ ਨੇ ਅਮਰੀਕਾ ਪਹੁੰਚਾਇਆ ਅਤੇ ਉੱਥੋਂ ਦੀ ਡਰੱਗ ਇਨਫੋਰਸਮੈਂਟ ਏਜੰਸੀ ਜਿਹੜੀ ਆ ਉਹਦੇ ਨਾਲ ਜੋੜਿਆ ਗਿਆ, ਉਹਦੇ ਰਾਹੀਂ ਸਿਟੀਜ਼ਨਸ਼ਿਪ ਲਈ, ਨਾਲ ਫਿਰ ਜਾਅਲੀ ਕ੍ਰਿਸਚਨ ਬਣਿਆ, ਆਪਣੇ ਆਪ ਨੂੰ ਕ੍ਰਿਸਚਨ ਲਿਖਾ ਕੇ ਨਾਂ ਡੇਵਿਡ ਕੋਲਮੈਨ ਹੈਡਰੀ ਬਣਾ ਲਿਆ ਅਤੇ ਮੁੰਬਈ ਦੇ ਦਹਿਸ਼ਤਗਰਦ ਹਮਲੇ ਤੋਂ ਪਹਿਲਾਂ ਇੱਥੇ ਆ ਕੇ 2-3 ਇੰਡੀਅਨ ਮੁੰਡਿਆਂ ਨੂੰ ਨਾਲ ਲੈ ਕੇ ਗਲੀ ਗਲੀ ਘੁੰਮਿਆ ਅਤੇ ਛੋਟੀਆਂ ਲਕੀਰਾਂ ਵਾਲੀਆਂ ਕਾਪੀਆਂ ਬੱਚਿਆਂ ਵਾਲੀਆਂ ਅਤੇ ਚਿੱਟਾਂ ਉਹਨਾਂ ਉੱਤੇ ਗਲੀਆਂ ਦੇ ਨਕਸ਼ੇ ਬਣਾ ਕੇ ਲੈ ਕੇ ਗਿਆ। ਉਹਨਾਂ ਨਕਸ਼ਿਆਂ ਦੇ ਉੱਤੇ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਕਾਰਵਾਈ ਕੀਤੀ ਅਤੇ ਹਮਲਾ ਕੀਤਾ। ਉਸ ਡੇਵਿਡ ਕੋਲਮੈਨ ਹੈਡਲੀ ਨੂੰ ਅੱਜ ਤੱਕ ਇਹ ਮੰਨੇ ਕਰੇ ਤਾਂ ਹਵਰ ਰਾਣਾ ਕੈਨੇਡਾ 'ਚ ਸੀ ਜੀ, ਪਾਕਿਸਤਾਨੀ ਸੀ। ਉਹ ਪਾਕਿਸਤਾਨੀ ਉਸ ਮੁੰਬਈ ਦੇ ਦਹਿਸ਼ਤਗਰਦ ਹਮਲੇ 'ਚ ਡੇਵਿਡ ਕੋਲਮੈਨ ਹੈਡਲੀ ਦਾ ਸਾਥੀ ਸੀ, ਉਹਨੂੰ ਅੱਜ ਤੱਕ ਪਾਕਿਸਤਾਨ ਨੇ ਆਖਿਆ ਕਿ ਸਾਡਾ ਬੰਦਾ ਸੀ। ਉਹਨਾਂ ਦੋਵਾਂ ਨੇ ਉੱਥੇ ਜਾ ਕੇ ਅਮਰੀਕਾ ਅਤੇ ਕੈਨੇਡਾ ਦੀਆਂ ਅਦਾਲਤਾਂ 'ਚ ਬਿਆਨ ਦਿੱਤੇ ਕਿ ਸਾਡੇ ਤੋਂ ਇਹ ਜਿਹੜਾ ਗੁਨਾਹ ਹੋਇਆ ਅਸੀਂ ਤਾਂ ਅਣਜਾਣੇ 'ਚ ਕੀਤਾ, ਕਿਉਂਕਿ ਸਾਨੂੰ ਇਹ ਪਤਾ ਸੀ ਕੋਈ ਕਾਨੂੰਨੀ ਏਜੰਸੀ ਆਖੇ ਤਾਂ ਕੰਮ ਕਰ ਦੇਈਦਾ, ਅਤੇ ਪਾਕਿਸਤਾਨ ਦੇ ਵਿੱਚ ਇੱਕ ਕਾਨੂੰਨੀ ਸਰਕਾਰ ਹੈ, ਉਹਦੀ ਇੱਕ ਕਾਨੂੰਨੀ ਏਜੰਸੀ ਖੁਫੀਆ ਏਜੰਸੀ ਹੈ ISI ਜੀ। ਉਸ ਖੁਫੀਆ ਏਜੰਸੀ ਨੇ ਸਾਨੂੰ ਆਹ ਕੰਮ ਸੌਂਪਿਆ ਅਤੇ ਅਸੀਂ ਸੋਚਦੇ ਸਾਂ ਕਿ ਇੱਕ ਕਾਨੂੰਨੀ ਦੇਸ਼ ਦੀ ਕਾਨੂੰਨੀ ਏਜੰਸੀ ਕੰਮ ਕਰ ਰਹੀ, ਇਸ 'ਤੇ ਤਾਂ ਕੀਤਾ ਸੀ। ਪਾਕਿਸਤਾਨ ਅੱਜ ਤੱਕ ਉਹਦਾ ਜਵਾਬ ਨਹੀਂ ਦੇ ਸਕਿਆ। ਜਦੋਂ ਰਿਆਜ਼ ਮੁਹੰਮਦ ਖਾਨ ਉੱਥੇ ਬੈਠਾ ਸੀ ਤਾਂ ਇਹਨੂੰ ਉਹਦਾ ਜਵਾਬ ਦੇਣਾ ਚਾਹੀਦਾ ਸੀ, ਇਹ ਤਾਂ ਉਹਦਾ ਜਵਾਬ ਨਹੀਂ ਅੱਜ ਤੱਕ ਦੇ ਸਕਿਆ। ਇਹਨਾਂ ਸਾਰੀਆਂ ਗੱਲਾਂ ਦੇ ਨਾਲ ਜੇ ਪਾਕਿਸਤਾਨ ਦਾ ਅਕਸ ਬਾਹਰ ਖਰਾਬ ਹੋਇਆ ਤਾਂ ਇਹ 'ਚ ਕਿਸੇ ਦਾ ਕੀ ਕਸੂਰ ਹੈ? ਮੁੰਬਈ ਦੇ ਹਮਲੇ 'ਚ 166 ਬੰਦੇ ਮਾਰੇ ਗਏ ਸਨ, ਜਿਨ੍ਹਾਂ 'ਚ 150 ਭਾਰਤੀ ਸਨ, 16-17 ਦੂਸਰੇ ਦੇਸ਼ਾਂ ਦੇ ਸਨ। ਇਹਦੇ 'ਤੇ ਇਹਦੇ ਨਾਲ ਵੀ ਵੱਧ ਖਰਾਬ ਤਾਂ ਫਿਰ ਜੇ ਸੱਚੀ ਗੱਲ ਆ, ਅਜੇ ਵੀ ਰਿਆਜ਼ ਮੁਹੰਮਦ ਖਾਨ ਨੇ ਸਾਰਾ ਸੱਚ ਨਹੀਂ ਦੱਸਿਆ। ਸਾਰਾ ਸੱਚ ਤਾਂ ਇੱਥੋਂ ਤੱਕ ਜਾਂਦਾ ਕਿ ਇਹਨਾਂ ਨੇ ਖੈਬਰ ਪਖਤੂਨਖਵਾ ਦੇ ਇਲਾਕੇ ਦੇ ਵਿੱਚ ਆਪਣੀ ਫੌਜ ਇਸ ਗੱਲ ਵਾਸਤੇ ਭੇਜੀ ਕਿ ਉੱਥੇ ਦਹਿਸ਼ਤਗਰਦਾਂ ਦਾ ਇੱਕ ਗਰੁੱਪ ਹੈ ਜੀ, ਜਿਹੜਾ ਪਾਕਿਸਤਾਨ ਦੇ ਦਿੱਤੇ ਪੈਸਿਆਂ ਨਾਲ ਤਿਆਰ ਹੋਇਆ
ਅਤੇ ਤਿਆਰ ਹੋਣ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ਼ ਕੰਮ ਕਰ ਰਿਹਾ ਅਤੇ ਉੱਥੇ ਲੜਨਾ। ਅਤੇ ਇਮਰਾਨ ਖਾਨ ਜਿਹੜਾ ਇਸ ਵੇਲੇ ਨਵਾਜ਼ ਸ਼ਰੀਫ ਦੇ ਖਿਲਾਫ਼ ਬੜਾ ਕੇਸ ਚੁੱਕਦਾ ਪਿਆ, ਖੈਬਰ ਪਖਤੂਨਖਵਾ ਦੇ ਵਿੱਚ ਸਰਕਾਰ ਉਹਦੀ ਚੱਲਦੀ ਹੈ, ਉਹਦੇ ਗਵਰਨਰ ਨੇ ਅੱਗੋਂ ਆਖਿਆ ਮੈਂ ਅਸਤੀਫਾ ਦੇ ਦਿੰਦਾ ਪਰ ਮੈਂ ਇੱਥੇ ਤਾਲਿਬਾਨ ਦੇ ਨਾਲ ਅੱਤਵਾਦੀਆਂ ਦੇ ਨਾਲ ਆਪਣੀ ਫੌਜ ਨੂੰ ਲੜਨ ਨਹੀਂ ਦੇਣਾ ਜੀ, ਇਹ ਕੰਮ ਨਹੀਂ ਮੈਂ ਕਰਨ ਦੇਣਾ। ਅਤੇ ਜਿਹੜਾ ਮੇਜਰ ਜਨਰਲ ਉੱਥੇ ਕੰਮ ਕਰਨ ਗਿਆ ਉਹਦਾ ਕਤਲ ਹੋ ਗਿਆ, ਬਾਕੀ ਦੀ ਫੌਜ ਪਿੱਛੇ ਮੁੜਾ ਹੀ ਬਦਨਾਮੀ ਦੇ ਦੇਣਾ ਵੀ। ਖੈਬਰ ਪਖਤੂਨਖਵਾ ਸਟੇਟ ਦੀ ਰਾਜਧਾਨੀ ਪੇਸ਼ਾਵਰ ਦੇ ਵਿੱਚ ਫੌਜੀ ਸਕੂਲ 'ਤੇ ਹਮਲਾ ਹੋਇਆ, 150 ਲੋਕ ਮਾਰੇ ਗਏ ਜਿਹ 'ਚ 130 32 ਜਾਂ 140 ਦੇ ਕਰੀਬ ਤਾਂ ਬੱਚੇ ਹੀ ਸਨ। ਟੇਬਲਾਂ ਦੇ ਥੱਲੇ ਧੂ ਧੂ ਕੇ ਬੱਚੇ ਮਾਰੇ ਗਏ, ਬੱਚਿਆਂ ਨੂੰ ਸਾਰਿਆਂ ਨੂੰ ਲਾਈਨ 'ਚ ਖੜਾ ਕਰਕੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਟੀਚਰ ਜਿਹੜੀ ਹੈ, ਇੱਕ ਟੀਚਰ ਨੂੰ ਅੱਗ ਲਾ ਕੇ ਸਾੜਿਆ ਗਿਆ, ਇੱਕ ਟੀਚਰ ਨੂੰ ਬੰਬ ਲਾ ਕੇ ਉਡਾਇਆ ਗਿਆ। ਅਤੇ ਪਾਕਿਸਤਾਨ ਦੇ ਉਦੋਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਖਿਆ ਅੱਜ ਤੋਂ ਬਾਅਦ ਸਾਡੇ ਲਈ ਕੋਈ ਚੰਗਾ ਅੱਤਵਾਦੀ ਨਹੀਂ, ਕੋਈ ਮਾੜਾ ਅੱਤਵਾਦੀ ਨਹੀਂ। ਜਦੋਂ ਕਹਿੰਦਾ ਅੱਜ ਤੋਂ ਬਾਅਦ, ਇਹਦਾ ਮਤਲਬ ਕੱਲ੍ਹ ਤੱਕ ਸੀ ਕਿ ਕੁਝ ਸਾਡੇ ਲਈ ਚੰਗੇ ਅੱਤਵਾਦੀ ਜਿਹੜੇ ਭਾਰਤ ਦੇ ਖਿਲਾਫ਼ ਜਾਂਦੇ ਸੀ ਜੀ, ਕੁਝ ਮਾੜੇ ਅੱਤਵਾਦੀ ਜਿਹੜੇ ਸਾਡੇ ਆਪਣੇ ਘਰ 'ਚ ਗੰਦ ਪਾਉਂਦੇ ਸੀ। ਇਹਨਾਂ ਗੱਲਾਂ ਨਾਲ ਬਦਨਾਮੀ ਤਾਂ ਪਾਕਿਸਤਾਨ ਦੀ ਇਹਨਾਂ ਨੇ ਆਪ ਕਰਵਾਈ ਪਈ, ਹੁਣ ਕੋਈ ਕੀ ਕਰ ਸਕਦਾ ਇਹਦਾ। ਜੇ ਅੱਜ ਵੀ ਅਕਸ ਸੁਧਾਰਨਾ ਤਾਂ ਪਾਕਿਸਤਾਨ ਨੂੰ ਪਹਿਲਾਂ ਆਪਣੇ ਘਰ 'ਚ ਜਿੱਥੇ ਜਿੱਥੇ ਸੱਪਾਂ ਦੀਆਂ ਵਰਮੀਆਂ ਉਹ ਸਾਫ਼ ਕਰਨੀਆਂ ਪੈਣਗੀਆਂ, ਜੇ ਵਰਮੀਆਂ ਸਾਫ਼ ਨਹੀਂ ਕਰਦੇ ਤਾਂ ਬਦਨਾਮੀ ਜਾਰੀ ਰਹਿਣੀ ਜੀ। ਪੰਨੂ ਸਾਹਿਬ, ਅਗਲੇ ਸਵਾਲ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਤੋਂ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਦ ਵਾਪਸ ਆਵਾਂਗੇ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ। ਤੇ ਸਭ ਤੋਂ ਜ਼ਰੂਰੀ, ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, ਕੈਂਸਰ ਪੀੜਤਾਂ ਦੀ ਮਦਦ ਦੇ ਲਈ ਪੰਜਾਬ ਸਰਕਾਰ ਮਦਦ ਕਰਦੀ ਹੈ। ਇੱਕ ਕੁੜੀ ਦਾ ਇਲਾਜ ਕੀਤਾ ਗਿਆ, ਬਾਅਦ ਵਿੱਚ ਉਹ ਫਿਰ ਤੋਂ ਬਿਮਾਰ ਹੋ ਗਈ, ਸਰਕਾਰ ਨੇ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ, ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖੋਗੇ? ਦੇਖੋ, ਇਹ ਕੇਸ ਇਸ ਤਰ੍ਹਾਂ ਦਾ, ਹੁਣ ਹਾਈਕੋਰਟ ਚਲਾ ਗਿਆ ਉਹਦਾ ਪਰਿਵਾਰ ਕੁੜੀ ਦਾ ਜੀ, ਕਿ ਪੰਜਾਬ ਸਰਕਾਰ ਕਹਿੰਦੀ ਹੈ ਜੀ ਕੈਂਸਰ ਪੀੜਤ ਦਾ ਸਾਰਾ ਇਲਾਜ, ਟੈਸਟਾਂ ਤੋਂ ਲੈ ਕੇ ਆਪਰੇਸ਼ਨ ਤੱਕ ਹਰ ਖਰਚਾ, ਦਵਾਈਆਂ ਦਾ ਵੀ ਖਰਚਾ ਅਸੀਂ ਦਿਆਂਗੇ। ਕਹਿੰਦੇ ਜੀ ਕੁੜੀ ਹੋਈ ਬਿਮਾਰ, ਸਰਕਾਰ ਨੇ ਸਾਡੀ ਮਦਦ ਕੀਤੀ, ਉਹਦੀ ਮਿਹਰਬਾਨੀ, ਆਪਰੇਸ਼ਨ ਹੋਇਆ, ਕੁੜੀ ਠੀਕ ਹੋ ਗਈ, ਬਾਅਦ 'ਚ ਕੁੜੀ ਫਿਰ ਬਿਮਾਰ ਹੋ ਗਈ। ਜਦੋਂ ਦੁਬਾਰਾ ਬਿਮਾਰ ਹੋਈ ਹੈ ਅਤੇ ਅਸੀਂ ਖਰਚਾ ਮੰਗਿਆ ਤਾਂ ਉਹ ਕਹਿੰਦੇ ਜੀ ਇੱਕ ਵਾਰੀ ਦੇਣਾ ਸੀ, ਦੇ ਦਿੱਤਾ, ਹੁਣ ਵਾਰ ਵਾਰ ਨਹੀਂ ਦਿੱਤਾ ਜਾ ਸਕਦਾ। ਇਹ ਕਾਨੂੰਨ ਵਿੱਚ ਲਿਖਿਆ ਥੋੜ੍ਹਾ ਕਿ ਇੱਕ ਵਾਰੀ ਦੇ ਦਿੱਤਾ ਅਤੇ ਵਾਰ ਵਾਰ ਨਹੀਂ ਦਿੱਤਾ ਜਾ ਸਕਦਾ। ਜਿਹੜੇ ਅਫਸਰ ਉੱਥੇ ਬੈਠੇ ਆ, ਮੱਖੀ ਅਤੇ ਮੱਖੀ ਮਾਰਨ ਵਾਲੇ, ਬਹੁਤੇ ਅਫਸਰਸ਼ਾਹੀ ਕਿੱਦਾਂ ਦੀ ਹੁੰਦੀ ਆ, ਉਹ ਮੱਖੀ ਅਤੇ ਮੱਖੀ ਮਾਰਨ ਵਾਲੀ ਆ ਕਿ ਜਿਹੜੀ ਵੀ ਫਾਈਲ ਆਈ ਆ ਉਸ ਫਾਈਲ 'ਚ ਨੁਕਸ ਕੱਢ ਦਿਓ, ਪਿੱਛੇ ਤੋੜ ਦਿਓ, ਕੰਮ ਕਰਨਾ ਕੋਈ ਨਾ ਪਵੇ। ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜਿਹੜਾ ਕੈਂਸਰ ਆ, ਜਿਹਦਾ ਆਪਰੇਸ਼ਨ ਵੀ ਹੋ ਜਾਵੇ ਤਾਂ ਉਹਦੀ ਜੜ੍ਹ ਰਹਿ ਜਾਂਦੀ ਹੈ। ਕਈ ਲੋਕ ਆ ਜਿਨ੍ਹਾਂ ਦਾ ਆਪਰੇਸ਼ਨ ਹੋ ਗਿਆ, ਉਹ ਠੀਕ ਠਾਕ ਹੋ ਗਏ, 5 ਸਾਲ, 7 ਸਾਲ, 10 ਸਾਲ ਬਾਅਦ ਜਾ ਕੇ ਉਹ ਜੜ੍ਹ ਫਿਰ ਪੁੰਗਰ ਪਈ, ਦੁਬਾਰਾ ਕੈਂਸਰ ਹੋ ਗਿਆ ਜੀ। ਇਸ ਕੁੜੀ ਦੇ ਮਾਮਲੇ ਵਿੱਚ ਵੀ ਹੋਇਆ, ਜੇ ਹੁਣ ਉਹ ਆਪਰੇਸ਼ਨ ਕਰਾਇਆ, ਠੀਕ ਹੋ ਗਈ ਅਤੇ ਕੰਮ ਕਰਦੀ ਰਹੀ, ਜਦੋਂ ਦੁਬਾਰਾ ਬਿਮਾਰੀ ਪੈ ਗਈ ਅਤੇ ਪਰਿਵਾਰ ਨੇ ਆਖਿਆ ਜੀ ਉਹਨਾਂ ਦਾ ਇਲਾਜ ਕਰਾਉਣਾ, ਤੁਸੀਂ ਮਦਦ ਕਰੋ, ਅਤੇ ਪੰਜਾਬ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਜਾਵੇ। ਜ਼ਿੰਮੇਵਾਰੀ ਤਾਂ ਸਰਕਾਰ ਦੀ ਇੱਥੋਂ ਤੱਕ ਵੀ ਹੈ ਕਿ ਲੋਕਾਂ ਦੇ ਵਿੱਚ, ਸਾਡੇ ਇੱਥੇ ਇਸ ਖਿੱਤੇ 'ਚ ਕੈਂਸਰ ਵੱਧਦਾ ਕਿਉਂ ਜਾ ਰਿਹਾ, ਬਾਕੀ ਭਾਰਤ ਵਿੱਚ ਘੱਟ ਹੈ, ਸਾਡੇ ਇੱਥੇ ਕਿਉਂ ਵਧੀ ਜਾ ਰਿਹਾ ਜੀ? ਇਸ ਕਰਕੇ ਕਿ ਅਸੀਂ ਜਿੰਨੇ ਇੱਥੇ ਸਾਫ਼ ਸੁਥਰੇ ਜਲ ਬੜੇ, ਨਦੀਆਂ ਨਾਲੇ, ਦਰਿਆ, ਵੇਈਆਂ ਅਤੇ ਚੋਆਂ ਅਤੇ ਰੋਈਆਂ ਵਗਦੇ ਵੇਖਦੇ ਹੁੰਦੇ ਸਨ, ਉਹਨਾਂ ਸਾਰਿਆਂ 'ਚ ਅੱਜ ਸ਼ਹਿਰਾਂ ਦੇ ਸੀਵਰਾਂ ਦਾ ਗੰਦਮੰਦ, ਮਲਮੂਤਰ, ਵਿੱਚੇ ਹੀ ਫੈਕਟਰੀਆਂ ਦਾ ਤੇਜ਼ਾਬ, ਉਹ ਸਾਰਾ ਜਾ ਰਿਹਾ, ਉਹਦੇ ਨਾਲ ਇਹ ਬਿਮਾਰੀਆਂ ਫੈਲ ਰਹੀਆਂ ਨੇ। ਪ੍ਰਕਾਸ਼ ਸਿੰਘ ਬਾਦਲ ਬਿਮਾਰ ਹੋਇਆ ਸੀ ਮੁੱਖ ਮੰਤਰੀ ਹੁੰਦਿਆਂ, ਅਮਰੀਕਾ ਜਾ ਕੇ ਇਲਾਜ ਕਰਾਇਆ ਸੀ, ਅੱਜ ਤੱਕ ਲੋਕਾਂ ਨੂੰ ਪਤਾ ਲੱਗਾ ਉਹਦੀ ਬਿਮਾਰੀ ਦਾ ਕਾਰਨ ਕੀ ਸੀ। ਗੱਲ ਵਿੱਚੋਂ ਇਹ ਸੀ ਕਿ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਆਖਿਆ ਜਲੰਧਰ ਤੋਂ ਤੁਸੀਂ ਚੋਣ ਲੜੋ, ਮੈਂ ਤੁਹਾਡੀ ਜ਼ਿੰਮੇਵਾਰੀ ਸੰਭਾਲੂ। ਉਹ ਖਲੋ ਗਏ ਅਤੇ ਜਲੰਧਰ ਦੀ ਹੱਦ ਜਾਂਦੇ ਸੀ ਸ਼ਾਹਕੋਟ ਤੋਂ ਅੱਗੇ ਦਰਿਆ ਤੱਕ ਜੀ। ਉਧਰੋਂ ਪਰਲੇ ਪਾਸੇ ਪੁੱਤਰ ਖਲੋਤਾ ਸੀ ਸੁਖਬੀਰ ਸਿੰਘ ਫਰੀਦਕੋਟ ਦੀ ਸੀਟ 'ਤੇ, ਫਰੀਦਕੋਟ ਦੀ ਸੀਟ ਉਦੋਂ ਰਿਜ਼ਰਵ ਨਹੀਂ ਸੀ ਹੋਈ, ਜਨਰਲ ਸੀ, ਅਤੇ ਉਹ ਮੁਕਤਸਰ ਤੋਂ ਚੱਲਦੀ ਚੱਲਦੀ ਧਰਮਕੋਟ ਤੱਕ ਆਉਂਦੀ ਸੀ, ਦਰਿਆ ਨੂੰ ਉਧਰੋਂ ਲੱਗ ਪੈਂਦੀ ਸੀ। ਬਾਦਲ ਸਾਹਿਬ ਕਦੇ ਯਾਰ ਦੀ ਚੋਣ ਲੜਨ ਵਾਸਤੇ ਸ਼ਾਹਕੋਟ ਮਲਸੀਆਂ ਹੁੰਦੇ ਸੀ,
ਕਦੇ ਦਰਿਆ ਟੱਪ ਕੇ ਪਰਲੇ ਪਾਸੇ ਪੁੱਤਰ ਦੀ ਚੋਣ ਲੜਦੇ ਸੀ ਅਤੇ ਦੋਵੇਂ ਪਾਸੇ ਜਿਹੜਾ ਪਾਣੀ ਸੀ ਉਹ ਲੁਧਿਆਣੇ ਦੇ ਗੰਦੇ ਸੀਵਰਾਂ ਦਾ ਆਉਂਦਾ ਸੀ ਅਤੇ ਲੁਧਿਆਣੇ ਦੀਆਂ ਫੈਕਟਰੀਆਂ ਦੇ ਵਿੱਚੋਂ ਤੇਜ਼ਾਬ ਆ ਰਿਹਾ ਸੀ। ਉਸ ਤੇਜ਼ਾਬ ਨੇ ਜਦੋਂ ਸਿੱਧਵਾਂ ਬੇਟ ਤੱਕ ਘਰ ਘਰ ਕੈਂਸਰ ਫੈਲਾਇਆ ਪਿਆ ਅਤੇ ਜਿਹੜੇ ਬਾਦਲ ਨੂੰ ਇੱਕ ਮਹੀਨਾ ਲਗਾਤਾਰ ਸਵੇਰੇ ਧਰਮਕੋਟ ਦਾ ਪਾਣੀ, ਸ਼ਾਮ ਨੂੰ ਸ਼ਾਹਕੋਟ ਦਾ, ਸਵੇਰੇ ਸ਼ਾਹਕੋਟ ਦਾ ਅਤੇ ਸ਼ਾਮ ਨੂੰ ਧਰਮਕੋਟ ਦਾ ਮੁੜ ਪੀਣਾ ਪਿਆ। ਉਦੋਂ ਪਹਿਲਾਂ ਤਾਂ ਕਦੇ ਪ੍ਰਕਾਸ਼ ਸਿੰਘ ਬਾਦਲ ਨੂੰ ਕਦੇ ਸ਼ਿਕਵ ਨਹੀਂ ਇਹਨੇ ਮਾਰੀ, ਸਿਰਦਰਦ ਨਹੀਂ ਹੋਈ, ਬਿਮਾਰੀ ਦੀ ਜੜ ਆ ਸੀ। ਹੁਣ ਸਰਕਾਰ ਨੂੰ ਇਹ ਵੇਖਣਾ ਚਾਹੀਦਾ ਕਿ ਜੇ ਇੱਥੇ ਕੈਂਸਰ ਫੈਲ ਰਿਹਾ, ਜ਼ਿੰਮੇਵਾਰੀ ਉਹ ਵੀ ਸਰਕਾਰ ਦੀ ਹੈ, ਪਰ ਜਿਹੜੀਆਂ ਸਰਕਾਰ ਨੇ ਛੋਟਾਂ ਦਿੱਤੀਆਂ ਨੇ, ਜਿਹੜੀਆਂ ਇਹ ਆਖਿਆ ਐਲਾਨ ਕੀਤੇ ਆ ਕਿ ਅਸੀਂ ਕੈਂਸਰ ਪੀੜਤਾਂ ਦਾ ਇਲਾਜ ਕਰਾਵਾਂਗੇ, ਜੇ ਉਸ ਇਲਾਜ ਤੋਂ ਵੀ ਸਰਕਾਰ ਭੱਜੇ ਅਤੇ ਫਿਰ ਆਪਣੇ ਆਪ 'ਚ ਬਹੁਤ ਮਾੜੀ ਗੱਲ ਹੈ। ਸਰਕਾਰ ਨੂੰ ਇਲਾਜ ਦਾ ਪ੍ਰਬੰਧ ਕਰਨਾ ਚਾਹੀਦਾ ਜੀ। ਪਰ ਸਾਹਿਬ, ਡੋਨਾਲਡ ਟਰੰਪ ਇਸ ਵੇਲੇ ਏਸ਼ੀਆ ਦੇ ਦੌਰੇ 'ਤੇ ਹੈ ਅਤੇ ਆਪਣੇ ਕਿਸੇ ਨਾ ਕਿਸੇ ਬਿਆਨ ਕਰਕੇ ਚਰਚਾ ਦਾ ਵਿਸ਼ੇ ਦੇ ਵਿੱਚ ਵੀ ਰਹਿੰਦਾ। ਜੇਕਰ ਗੱਲ ਕੀਤੀ ਜਾਵੇ ਉਸਦੀ ਇਸ ਯਾਤਰਾ ਦੇ ਅਸਰ ਦੀ, ਤਾਂ ਇਹਨਾਂ ਖੇਤਰ ਦੇ ਦੇਸ਼ਾਂ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ? ਦੇਖੋ, ਦੋ ਬੰਦੇ ਇਸ ਵੇਲੇ ਦੁਨੀਆ ਦੇ ਵਿੱਚ ਲੀਡਰ ਇਹੋ ਜਿਹੇ ਆ ਜਿਹੜੇ ਭਾਸ਼ਣ ਵੀ ਕਰਨ ਅਤੇ ਉਹ ਸਮਝਦੇ ਆ ਕਿ ਜੇ ਕਿਸੇ ਨੂੰ ਮਿਰਚਾਂ ਇਹਨਾਂ ਲੜੀਆਂ ਤਾਂ ਭਾਸ਼ਣ ਕੀਤੇ ਦਾ ਕੀ ਫਾਇਦਾ ਜੀ। ਇੱਕ ਤਾਂ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜੀ, ਇਹ ਕਹੀਂ ਪੇ ਨਿਗਾਹੇ ਕਹੀਂ ਪੇ ਨਿਸ਼ਾਨਾ, ਗੱਲ ਕਿਸੇ ਪਾਸੇ ਕਰਦਾ ਹੁੰਦਾ ਤਾਂ ਚੁੱਭ ਕਿਸੇ ਨੂੰ ਲਾ ਜਾਂਦਾ ਜੀ। ਦੂਸਰਾ ਡੋਨਲਡ ਟਰੰਪ ਹੈ, ਗੱਲ ਸਾਊਦੀ ਅਰਬ ਦੀ ਕਰਦਾ ਹੁੰਦਾ ਅਤੇ ਚੁੱਭ ਚੀਨ ਨੂੰ ਲਾ ਜਾਂਦਾ, ਜਦੋਂ ਚੀਨ ਨਾਲ ਸੰਬੰਧ ਸੁਧਾਰਨ ਦੀ ਗੱਲ ਕਰਦਾ ਤਾਂ ਰੂਸ ਵਾਲਿਆਂ ਨੂੰ ਚਾਬੀ ਲਾ ਦਿੰਦਾ। ਅੱਜ ਕੱਲ੍ਹ ਉਹ ਜਪਾਨ ਵੱਲੋਂ ਉਹਨੇ ਦੌਰਾ ਸ਼ੁਰੂ ਕੀਤਾ, ਦੱਖਣੀ ਕੋਰੀਆ ਵੀ ਜਾਣਾ, ਫਿਰ ਚੀਨ ਵੀ ਆਉਣਾ, ਕਈ ਪਾਸੇ ਉਹਨੇ ਘੁੰਮਣਾ ਜੀ। ਇੱਥੇ ਆ ਕੇ ਉਹ ਫਿਰ ਚਰਚਿਆਂ 'ਚ, ਇੱਕ ਚਰਚਾ ਤਾਂ ਉਹਦੀ ਇਸ ਕਰਕੇ ਚੱਲ ਪਈ ਕਿ ਉਹ ਸ਼ੁਰੂ ਤੋਂ ਹੀ ਇਹ ਰੌਲਾ ਪਾਉਂਦਾ ਰਿਹਾ ਕਿ ਜਪਾਨ ਨਾਲ ਅਸੀਂ ਸੈਕਿੰਡ ਵਰਲਡ ਵਾਰ ਲੜੀ ਆ, ਉਹਨਾਂ ਸਾਡਾ ਪਰਲ ਹਾਰਬਰ ਤਬਾਹ ਕਰਤਾ ਅਤੇ ਅਸੀਂ ਉਹਨਾਂ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ 'ਚ ਬੰਬ ਸੁੱਟੇ ਆ, ਬਾਦਸ਼ਾਹ ਉਹ ਤਾਂ ਉਹਨਾਂ ਦਾ ਆਊਗਾ, ਅਸੀਂ ਉਹਦੇ ਝੁਕਣਾ ਨਹੀਂ। ਇਹ ਇਸ ਵਾਰੀ ਉੱਥੇ ਗਿਆ, ਸਾਰੇ ਮੀਡੀਆ ਧਿਆਨ ਸੀ ਝੁਕਦਾ ਕਿ ਨਹੀਂ ਝੁਕਦਾ, ਇਹਨੇ ਬਾਦਸ਼ਾਹ ਦੇ ਨਾਲ ਹੱਥ ਮਿਲਾਇਆ, ਮਾੜੇ ਐਂ ਕਰਕੇ ਤਾਂ ਨਾਲ ਹੀ ਐਂ ਹੋ ਗਿਆ, ਯਾਨੀ ਇਹ ਵੀ ਜਾਪੇ ਝੁੱਕ ਗਿਆ ਅਤੇ ਇਹ ਵੀ ਸਾਫ਼ ਰਹੇ ਕਿ ਮੈਂ ਤਾਂ ਝੁੱਕਿਆ ਨਹੀਂ। ਚਰਚਾ ਤਾਂ ਇਹਦੇ ਨਾਲ ਵੀ ਚੱਲ ਪਈ, ਚਰਚਾ ਇਸ ਗੱਲ ਨਾਲ ਵੀ ਚੱਲ ਪਈ ਕਿ ਪਹਿਲਾਂ ਯਾਰਾਂ ਮਿੱਤਰਾਂ ਨੂੰ ਕਹਿੰਦੇ ਰਹਾ ਜਪਾਨ ਦਾ ਕੋਈ ਖਾਣਾ ਖਾਣਾ ਹੁੰਦਾ, ਮੈਂ ਤਾਂ ਖਾਂਦਾ ਹੀ ਨਹੀਂ। ਹੁਣ ਉੱਥੇ ਗਿਆ ਸੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਨੇ ਖਾਣਾ ਆਪਣਾ ਜਪਾਨੀ ਰੱਖ ਲਿਆ, ਤੈਨੂੰ ਆਖਿਆ ਆਓ ਜੀ ਕਹੀਏ, ਉਹਨੇ ਕਿੱਡੇ ਚਾਹ ਨਾਲ ਬਣਾਇਆ। ਉਹ ਜਦੋਂ ਤੁਸੀਂ ਕਿਸੇ ਘਰ ਜਾਂਦੇ ਆ ਅਤੇ ਅਗਲੇ ਦੇ ਚਾਹ ਦੀ ਕੋਈ ਇੱਜ਼ਤ ਕਰਨੀ ਚਾਹੀਦੀ ਹੈ। ਇਹਨੇ ਸਾਰਾ ਖਾਣਾ ਪਿਆ ਛੱਡ ਦਿੱਤਾ, ਵਿਚਾਲੇ ਇੱਕ ਬਰਗਰ ਕਿਹਾ ਪਿਆ ਸੀ, ਉਹ ਬਰਗਰ ਕਿਉਂਕਿ ਅਮਰੀਕੀ ਸੀਗਾ, ਬਰਗਰ ਖਾਈ ਗਿਆ, ਦੂਜਾ ਚੁੱਕ ਕੇ ਖਾ ਲਿਆ, ਰੱਜ ਕੇ ਡਕਾਰ ਮਾਰ ਕੇ ਤੁਰਿਆ। ਚਰਚਾ ਤਾਂ ਇਹਦੇ ਨਾਲ ਵੀ ਹੈ ਜੀ। ਉਹ ਮਤਲਬ ਲਗਾਤਾਰ ਉੱਤਰੀ ਕੋਰੀਆ ਦੇ ਸਵਾਲ ਦੇ ਉੱਤੇ ਵੀ, ਚੀਨ ਦੇ ਸਵਾਲ ਦੇ ਉੱਤੇ ਵੀ, ਇੱਕ ਦਿਨ ਚੀਨ ਦੇ ਖਿਲਾਫ਼ ਬਿਆਨ ਦਿੰਦਾ, ਦੂਸਰੇ ਦਿਨ ਕਹਿੰਦਾ ਜੀ ਉੱਤਰੀ ਕੋਰੀਆ ਨਾਲ ਸਾਡਾ ਜਿਹੜਾ ਝਗੜਾ ਚੱਲਦਾ ਪਿਆ ਉਹ ਸਾਰੇ ਵਿਵਾਦ ਦੇ ਵਿੱਚ ਚੀਨ ਦਾ ਰਵੱਈਆ ਸਾਡੇ ਵੱਲ ਬੜਾ ਪੋਜ਼ਿਟਿਵ ਹੈ, ਅਤੇ ਜੇ ਪੋਜ਼ਿਟਿਵ ਹੈ ਤਾਂ ਕੱਲ੍ਹ ਜਿਹੜਾ ਤੂੰ ਉਹਦੇ ਖਿਲਾਫ਼ ਬਿਆਨ ਦਿੱਤਾ ਸੀ ਉਹ ਕੁਝ ਦਿੱਤਾ ਹੀ। ਉਹ ਲਗਾਤਾਰ ਇਸ ਕਿਸਮ ਦੀ ਬਿਆਨਬਾਜ਼ੀ ਕਰਦਾ, ਤਿਗੜਮਬਾਜ਼ੀ ਕਰ ਰਿਹਾ, ਜਿਹਦੇ 'ਚੋਂ ਲੋਕ ਹੈਰਾਨ ਨੇ, ਅਤੇ ਚਰਚਾ ਇਹਦੇ 'ਚ ਇਹ ਚੱਲਦੀ ਆ ਕਿ ਟਰੰਪ ਆਪ ਬਿਆਨ ਨਹੀਂ ਦੇ ਰਿਹਾ। ਅੱਜ ਕੱਲ੍ਹ ਬਹੁਤ ਸਾਰੇ ਘਰਾਂ ਦੇ ਵਿੱਚ ਧੀਆਂ ਪੁੱਤ ਬਿਆਨ ਦਵਾਉਂਦੇ ਆ, ਨਵਾਜ਼ ਸ਼ਰੀਫ ਬਾਰੇ ਕਹਿੰਦੇ ਸੀ ਕਿ ਸਰਕਾਰ ਚਲਾਉਂਦੇ ਆ, ਉਹ ਨਹੀਂ ਚਲਾਉਂਦਾ, ਉਹਦੀ ਧੀ ਮਰੀਅਮ ਚਲਾ ਰਹੀ ਹੈ ਪਿੱਛੇ ਬਹਿ ਕੇ, ਉਹਨੇ ਆਪਣੀ ਇੱਕ ਸਹੇਲੀ ਨੂੰ ਵਿਦੇਸ਼ ਮੰਤਰੀ ਵੀ ਬਣਵਾ ਲਿਆ ਸੀ ਜੀ। ਇਹਦੇ ਬਾਰੇ ਵੀ ਅੱਜ ਕੱਲ੍ਹ ਇਹੋ ਹੈ ਕਿ ਟਰੰਪ ਦੀ ਧੀ, ਇਹਨੇ ਜਪਾਨ ਜਾਣਾ ਸੀ, ਇਹ ਤੋਂ ਇੱਕ ਦਿਨ ਪਹਿਲਾਂ ਉੱਥੇ ਪਹੁੰਚ ਗਈ ਤਾਂ ਕਿ ਪਹਿਲਾਂ ਜਾ ਕੇ ਸੁੰਘ ਲੈ ਕੇ ਇੱਥੇ ਕੀ ਕੁਛ ਆ, ਮੇਰੇ ਡੈਡੀ ਨੇ ਆਉਣਾ। ਇੱਦਾਂ ਦੇ ਕਈ ਮਾਮਲਿਆਂ ਦੇ ਵਿੱਚ ਇਹਦੀ ਧੀ ਦੀ ਚਰਚਾ ਆਈ ਹੈ ਕਿ ਉਹ ਟਰੰਪ ਨੂੰ ਗਾਈਡ ਕਰਦੀ ਹੈ ਕਿ ਅੱਜ ਤੂੰ ਇੱਦਾਂ ਦੀ ਗੱਲ ਕਰ, ਪਰ ਜੇ ਆ ਤਿਕੜਮਬਾਜ਼ੀ ਵੀ ਟਰੰਪ ਤੋਂ ਉਹ ਕਰਵਾਉਂਦੀ ਹੋਵੇ, ਇਹ ਤਾਂ ਬਾਕੀ ਦੁਨੀਆ 'ਚ ਚੰਗਾ ਅਸਰ ਪਵੇ ਮਾੜਾ ਪਵੇ ਜੋ ਵਕਤ ਗੱਲ ਹੈ, ਅਮਰੀਕਾ ਦੇ ਲੋਕਾਂ ਨੇ ਬਹੁਤਾ ਇਹਨੂੰ ਪਸੰਦ ਨਹੀਂ ਕਰਨਾ ਜੀ। ਮੈਨੂੰ ਸਭ ਦਰਸ਼ਕਾਂ ਕੋਲੋਂ ਵੀ ਇਜਾਜ਼ਤ ਲੈਣ ਦਾ ਸਮਾਂ ਹੋ ਚੁੱਕਾ ਹੈ। ਸੋ ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਪਾਸ ਇਹਨਾਂ ਹੀ, ਮੇਰੇ ਮਹਾਨ ਪ੍ਰਤਿੰਦਰ ਸ਼ਰਮਾ ਨੂੰ ਅਤੇ ਸਾਡੇ ਖਾਸ ਮਹਿਮਾਨ ਜਤਿੰਦਰ ਬੰਨੂ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਹੁਣ ਇੰਡੀਆ ਵਿੱਚ ਵੀ ਦੇਖ ਸਕਦੇ ਹੋ ਐਮਾਜ਼ਾਨ ਫਾਇਰ ਸਟਿੱਕ ਦੇ ਜ਼ਰੀਏ। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ, ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ, ਤੇ ਸਭ ਤੋਂ ਜ਼ਰੂਰੀ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।